ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਲੁਡੇਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਜੀ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8420709817। ਸੋ ਅੱਜ ਦੀ ਵੀਡੀਓ ਆਪਣੇ ਘਰੋਂ ਕਵਰ ਕਰਦਾ ਪਿਆ, ਪਿੰਡ ਦੀਪਗੜ੍ਹ, ਜ਼ਿਲ੍ਹਾ ਬਰਨਾਲਾ, 8420709817 ਮੇਰਾ ਨੰਬਰ ਆ। ਸੁਣਾ ਜਾ ਵਾਜਬ ਭਾਅ ਦੀ ਵੱਡੀ ਮੈਂ ਦਿਖਾਉਣੀ ਆ। ਪੰਜਵਾਂ ਸੂਆ ਸੂਈ ਆ, ਪਿੰਡੋ ਹੀ ਆਪਾਂ ਲੈਤੀ ਆ, ਆਪਣੇ ਕੋਲ ਪਰਸੋਂ ਆਈ ਸੀਗੀ ਅਤੇ ਸਵੇਰੇ ਸੂਈ ਆ ਕਰਮ ਵਾਲੀ ਏ 6 ਵਜੇ, ਅਤੇ ਆਹ ਪਈ ਆ ਜੇਰੇ ਦੀ, ਅਤੇ ਬੱਚਿਆਂ ਨੇ ਦਿੱਤੇ ਕੱਟੀ ਬਹੁਤ ਚੰਗੀ ਠਾਈ ਕੱਟੀ ਉਹਨੂੰ। ਸੋ ਸਿੰਗ ਮੂੰਹ ਮੱਥਾ ਦੇਖ ਸਕਦਾ, ਸਿੰਗ ਥੋੜ੍ਹਾ ਜਿਹਾ ਖੁੱਲ੍ਹਾ ਮੈਂ ਇਹਦਾ, ਅਤੇ ਵੱਡੀ ਮੈਂ ਥੋੜ੍ਹੀ, ਅਤੇ ਬਾਕੀ ਲੇਵਾ ਵਗੈਰਾ ਦੇਖੋ ਸਾਫ਼ ਸੁਥਰਾ ਸੋਹਣਾ। ਸਵੇਰੇ ਸੂਈ ਸੀਗੀ ਇਹ 5:30 ਵਜੇ, ਜੇਰ ਪਈ ਨੂੰ ਇਹਦੇ ਹੋ ਗਏ 2 ਘੰਟੇ, ਅਤੇ ਲੇਵਾ ਲੂਵਾ ਦੇਖੋ ਸੋਹਣਾ ਸਾਫ਼ ਸੁਥਰਾ। ਅਤੇ ਘਰੇਲੂ ਮੈਂ ਸੀ, ਪਿੰਡੋ ਹੀ ਮੈਂ ਲੈਤੀ ਹੈ, ਚੋਣ ਚਵਾ ਦੀ ਨੰਬਰ 1 ਅਤੇ ਲੰਬਾ ਟਾਈਮ ਦੁੱਧ ਦੇਣ ਵਾਲੀ। ਅਤੇ ਬਾਕੀ ਮੇਨ ਚੀਜ਼ ਦੇਖੋ ਕੁੰਬੜਾ ਵਗੈਰਾ ਭੋਰਾ ਨਹੀਂ, ਅਤੇ ਮੈਂ ਬਿਲਕੁਲ ਪਤਲੇ ਕੁੰਬੜੇ ਦੀ ਮਾਲਕ ਕਹਿੰਦੇ 13 ਕਿਲੋ ਤੱਕ ਦੁੱਧ 'ਚ ਹੋਇਆ ਪੈਦਾ ਪਿਛਲੇ ਸੂਏ। ਸੋ ਦੇਖੋ ਕੱਦ ਬੈਠ ਦੇਖੋ ਮੈਂ ਤਾਂ ਚੰਗਾ। ਸੋ ਲੇਵਾ ਦੇਖ ਸਕਦੇ ਨੇੜੇ ਤੋਂ, ਪੂਰਾ ਸੋਹਣਾ ਲੇਵਾ ਸਾਫ਼ ਸੁਥਰਾ, ਅਤੇ ਬਾਕੀ ਸੀਲ ਠੰਡੀ ਪੂਰੀ ਓਕੇ ਆ। ਲਾ ਬੱਚਾ ਲਾ ਕੇ ਆਪਾਂ ਧਾਰਾਂ ਮਾਰ ਕੇ ਦਿਖਾ ਦਿੰਦੇ ਜੀ ਘਰ ਸਿੱਧੀ ਜੀ। ਸੋ ਫਿਰ ਧਾਰਾ ਦੇਖ ਸਕਦੇ ਹੋ, ਕਿਆ ਬਾਤ ਆ, ਪੂਰਾ ਮੋਟਾ ਮੋਟਾ ਝੋਣਾ ਸਾਫ਼ ਸੁਥਰਾ, ਅਤੇ ਸੀਲ ਠੰਡੀ ਪੂਰੀ ਓਕੇ ਆ, ਚੂਹੇ ਸੰਭਾਲ ਕੇ ਮਾਰਦੇ ਧਾਰਾਂ। ਸੋ ਦੇਖੋ ਕੋਈ ਭੂਰ ਸਾਰਲਾ ਨਹੀਂ, ਅਤੇ ਚੋਣ ਚਵਾ ਦੇ 1 ਨੰਬਰ ਆ। ਸਵੇਰੇ ਆਪਾਂ 2.5 ਕਿਲੋ ਦੁੱਧ ਚੋਦਾ ਸੀ ਉਹਨੂੰ, ਜੇਰ ਜੂਰ ਪੈਣ ਦੀ ਖਾਤਰ ਬੜਾ ਬੈ, ਮੈਂ ਇਹਨੂੰ ਪੈਤਾ ਸੀਗਾ ਮਗਰ ਸਣਾ 'ਚ ਹੋਰ ਮਾਰਦੀ। ਸੋ ਦੇਖੋ ਕੋਈ ਭੂਰ ਸਾਰਲਾ ਨਹੀਂ, ਸੋ ਦੇਖੋ ਕਿਆ ਬਾਤ ਆ, ਚੋਣ ਚਵਾ 1 ਨੰਬਰ ਆ, ਮੂਹਰੇ ਸਣਾ 'ਚ ਹੋਰ ਮਾਰਦੀ ਧਾਰਾਂ, ਬਾ ਠੀਕ ਆ ਓਕੇ ਹੋ ਜਾ ਪਾਸੇ। ਸੋ ਲੇਵਾ ਵਗੈਰਾ ਦੇਖੋ, ਅਤੇ ਬਾਕੀ ਮਿਲਕ ਮੇਨ ਦੇਖੋ ਇਹਦੀ ਕਿਆ ਬਾਤ ਆ। ਆਹ ਦੇਖੋ ਥੋੜ੍ਹਾ ਲਿਬੜੀ ਪਈ ਹੈ ਇੱਥੋਂ, ਮੂਹਰਲੀ ਲੱਤ ਤੱਕ ਜਾਂਦੀ ਹੈ ਮਿਲਕ ਮੇਨ ਇਸ ਤਿੱਕਰੇ ਦੀ। ਅਤੇ ਚੋਣ ਚਵਾ ਦੀ ਕਰਮ ਵਾਲੀ 1 ਨੰਬਰ ਆ, ਅਤੇ ਜਿਹੜੇ ਵੀਰ ਨੇ ਲੈਣੀ ਆ 12 ਕਿਲੋ ਦੁੱਧ ਮੰਨ ਕੇ ਲੈ ਲਿਓ, 11 ਦਾ ਵੱਟ 'ਤੇ ਪਿਆ ਜਾਵਾਂ, ਅਤੇ ਰੇਟ ਬਿਲਕੁਲ ਪਾ ਜਾਵੇ ਦਾ, ਕਿਸੇ ਕੱਟੀ ਖੜੀ ਕਰੀ ਮਾੜੀ, ਅਤੇ ਬੱਚਾ ਬੁੱਚਾ ਪੂਰਾ ਚੜਦੀਆਂ ਫੁੱਲ ਜਾਵਾਂ। ਸੂਹਾ 6ਵਾਂ ਸੂਈ ਆ, ਐਵੇਂ ਆਪਾਂ ਕਹਿ ਦਈਏ ਵੀ ਝੋਟੀ ਆ, ਪਲੂਣ ਆ ਇਹ, ਪਲੂਣ ਤਾਂ ਉਹ ਖੜੀ ਆ, ਕੋਕਾ ਸਿੰਘ ਗੂਹੇ ਦੇ ਭਾਅ ਲੱਖ ਲੱਖ ਆ ਜਾਂਦੇ ਆ, ਉਹ ਵੀ ਖੜੀ ਆ ਕਿਸੇ ਲੈਣੀ ਹੋਵੇ। ਸੋ ਕੱਟੀ ਦੇਖੋ ਪਿੰਡੋ ਹੀ ਲੈਤੀ ਆ, ਪਿੰਡ ਜਵਰਾਜ ਦਾ ਸਾਂਢ ਪਾਲਿਆ ਵਾ ਸੁੱਖੇ ਡਾਕਟਰ ਕੋਲ, ਉਦੋਂ ਲੈਤੀ ਆ, ਉਹਦੇ ਸਾਂਢ ਤੋਂ ਗੱਭੜ ਹੋਈ ਵੀ ਸੀਗੀ। ਕੱਟੀ ਦੇਖੋ ਪਿੱਛੇ ਖੋਣੀ ਉਹ ਵੱਡੀ ਜਾਂਦੀ ਆ, ਜਵਰਾਜ ਦਾ ਘਰੇ ਬੱਚਾ ਪਲਿਆ ਵਾ ਪਿੰਡ ਬਾਈ ਦੇ, ਉਹਦੀ ਕੱਟੀ ਆ ਕਿਉਂਕਿ ਪਿੰਡ 'ਚ ਮੈਂ ਕ੍ਰੋਸ ਹੋਈ ਸੀਗੀ। ਅਤੇ ਮਿਲ ਕੇ ਮੇਰੇ ਦੇਖੋ ਥਾਂ ਥੁਣ ਦੇਖੋ ਕਿਆ ਬਾਤ ਆ, ਚਾਰੇ ਥਾਂ ਨਿਖੜਵੇਂ, ਅਤੇ ਮੁੱਲ ਕੋਈ 70 ਨਹੀਂ ਕਰਦੇ, 80 ਨਹੀਂ ਕਰਦੇ, 65,000 ਰੁਪਇਆ ਭਾਅ ਹੈਗਾ, 62,000 ਦੀ ਮੈਂ ਦੇ ਦਾਂਗੇ, ਛੋਟ ਸੱਪਾ ਮਾੜਾ ਮੋਟਾ ਕਰ ਦਾਂਗੇ। 62,000 ਦੇ ਵਿੱਚ ਜਿਹੜਾ ਡੋਲੂ ਚੱਕ ਕੇ ਜਾਣ ਤੋਂ ਸਰ ਮੰਨਦੇ ਵੀ ਘਰ ਦਾ ਦੁੱਧ ਪੀਣਾ ਪਿਓਰ, ਤੁਸੀਂ ਬੇਸ਼ੱਕ 11 ਕਿਲੋ ਦੁੱਧ ਮੰਨ ਕੇ ਲੈ ਲਓ, ਕੇਅਰ ਕਰ ਲਉਂਗੇ, ਪਰ 65,000 ਭਾਅ 62,000 ਦੀ ਦੇਵਾਂਗੇ, ਅਤੇ ਚੰਗੀ ਮੈਂ ਆ ਵੱਡੀ, ਬੱਚਾ ਚੜਦੀ ਆ ਕੋਈ ਔਲ ਨਹੀਂ, ਜੇ ਰੇ ਦੀ ਆਹ ਪਈ ਆ, ਧਾਰਾਂ ਮਾਰ ਕੇ ਦਿਖਾਤੀਆਂ ਬੱਚਾ ਸਾਹਮਣੇ, ਉਹ ਵੀ ਪਿੱਛੇ ਕੱਟੀ। ਸੋ ਲੇਵਾ ਵਗੈਰਾ ਦੇਖੋ ਸਾਫ਼ ਸੁਥਰਾ, ਹੁਣ ਚਵਾਈ ਇਹਦੀ ਹੋਈ ਵੀ ਆ, ਐਵੇਂ ਕਹਿ ਜੀ ਆਪਾਂ 5 ਕਿਲੋ 14, 7 ਕਿਲੋ 14, 2.5 ਕਿਲੋ ਬੋੜਾ ਇਹਦਾ ਚੋਇਆ ਹੈਗਾ, ਅਤੇ ਸਿੰਗ ਜ਼ਰੂਰ ਖੁੱਲ੍ਹਾ, ਅਤੇ ਸੀਲ ਠੰਡੀ, ਝੋਣ ਚਵਾ ਦੀ 1 ਨੰਬਰ ਜਮਾਂ, ਪੂਰੀ ਨਰਮ ਚਵਾਈ ਦੀ ਆ, ਅਤੇ ਮੁੱਠੀ ਵਾਲਾ ਥਾਣਾ ਲੰਬਾ ਜਮਾਂ। ਸੋ ਦੇਖੋ ਲੇਵਾ, ਸੋ ਮੁੱਲ 65,000, 62,000 ਦੀ ਦੇਵਾਂਗੇ, 62,000 ਦੇ ਵਿੱਚ ਘਰ ਵਾਲਾ ਦੁੱਧ 62,000  'ਚ ਮਿਲੂਗਾ, ਅਤੇ ਵਿੱਚ ਵੀਰ ਕਹਿਣਗੇ ਕਿ ਮੈਂ ਜਮਾਨੇ ਕਿ ਚਲੋ ਭਾਅ ਘੱਟ ਅਸੀਂ ਚੰਗੀ ਲੈਣੀ ਹੈ, ਚੰਗੀ ਲੈਣੀ ਹੈ ਤਾਂ ਉਹ ਖੜੀ ਆ ਕੁੰਡਾ ਸਿੰਘ ਪਲੂਣ ਝੋਟੀ, 1 ਲੱਖ ਰੁਪਏ ਦੀ ਉਹ ਵੀ ਹੈਗੀ, ਜਿਹੋ ਜਾਨ ਪਾਣੀ ਉਹ ਜਿਹਾ ਕੰਮ ਜਾਣੀ। ਸੋ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ।